20 ਤਰੀਕ ਨੂੰ ਜੀ ਸਾਡੀ ਗੱਡੀ ਦੇ ਡਰਾਈਵਰ ਕਨੈਕਟਰ ਆਪਣੀ ਡਿਊਟੀ ਕਰ ਰਹੇ ਸੀਗੇ ਤੇ ਚਾਰ ਅਣਪਛਾਤੇ ਬੰਦੇ ਸੀਗੇ ਜਿਨ੍ਹਾਂ ਨੇ ਸਾਡੇ ਡਰਾਈਵਰ ਕਨੈਕਟਰ ਨੂੰ ਕਿਸੇ ਗੱਲ ਤੋਂ ਡਰਾਈਵਰ ਸਾਈਡ ਵਾਲੀ ਸੀਟ ਤੋਂ ਖਿੱਚ ਕੇ ਉਹਨਾਂ ਦੀ ਕੁੱਟਮਾਰ ਕੀਤੀ ਆ ਜੀ। ਕੁੱਟਮਾਰ ਕਰਕੇ ਉਹਨਾਂ ਦੀ ਵਰਦੀ ਵੁਰਦੀ ਪਾੜਤੀ ਜੀ। ਉਹ ਬੰਦੇ ਕੁਝ ਤਾਂ ਵਾੜੇ ਦੇ ਰੱਖਦੇ ਸੀ ਤੇ ਕੁਝ ਥਾੜਿਆਂ ਦੇ ਸੀਗੇ। ਅਸੀਂ 20 ਤਰੀਕ ਨੂੰ SHO ਦੇ ਕੋਲੇ ਆਏ ਸੀ ਵੀ ਇਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। SHO ਨੇ ਉਸ ਦਿਨ ਕਿਹਾ ਵੀ ਮੈਂ ਕਰ ਦੂੰਗਾ, ਮੈਂ ਅੱਜ ਥੋੜ੍ਹਾ ਜਿਹਾ ਬਿਜ਼ੀ ਹਾਂ। 21 ਤਰੀਕ ਨੂੰ ਅਸੀਂ ਫੇਰ ਆਏ ਹਾਂ ਜੀ। 21 ਤਰੀਕ ਨੂੰ ਵੀ ਸਾਨੂੰ ਇਹੀ ਗੱਲ ਕਹੀ ਗਈ ਆ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ, ਕੋਈ ਗੱਲ ਨਹੀਂ, ਮੈਂ ਮਤਲਬ ਜੋ ਵੀ ਇਹਨਾਂ ਦੇ ਬਣਦੀ ਕਾਰਵਾਈ ਕਰ ਦੂੰਗਾ। ਅੱਜ ਅਸੀਂ ਫੇਰ ਗਏ ਸੀਗੇ ਜੀ। ਅੱਜ ਜਦੋਂ ਅਸੀਂ ਜਾ ਕੇ ਪਹਿਲਾਂ ਤਾਂ ਅਸੀਂ ASI ਨੂੰ ਜਾ ਕੇ ਮਿਲੇ ਹਾਂ, ਉਹ ਕਹਿੰਦੇ ਵੀ ਮੈਂ ਲੇਟ ਆਊਂਗਾ। ਫਿਰ ਅਸੀਂ ਜਾ ਕੇ SHO ਨੂੰ ਮਿਲੇ, SHO ਨਾਲ ਜਦੋਂ ਗੱਲ ਕੀਤੀ ਜਾ ਕੇ ਸਾਨੂੰ ਉਹ ਕਹਿੰਦਾ ਵੀ ਇੱਕ ਬੰਦੇ ਤੇ ਪਰਚਾ ਬਣਦਾ, ਇੱਕ ਬੰਦਾ। ਅਸੀਂ ਕਿਹਾ ਜੀ ਵੀਡੀਓ ਦੇ ਵਿੱਚ ਚਾਰ ਬੰਦੇ ਆ ਰਹੇ ਆ। ਉਹ ਕਹਿੰਦਾ ਮੈਂ ਦੂਜਿਆਂ ਦੇ ਪਰਚਾ ਨਹੀਂ ਕਰ ਸਕਦਾ। ਅਸੀਂ ਕਿਹਾ ਜੀ ਚਾਰ ਬੰਦੇ ਆ, ਚਾਰਾਂ ਦੇ ਪਰਚਾ ਕਰਾਵਾਂਗੇ। ਉਲਟਾ ਹੀ ਸਾਨੂੰ ਸਾਡੀ ਆਵਾਜ਼ ਨੂੰ ਦਬਾਉਣ ਲੱਗਿਆ, ਉਲਟਾ ਸਾਨੂੰ ਕਹਿਣ ਲੱਗਿਆ ਤੁਹਾਡੇ ਤੇ ਮੈਂ ਪਰਚਾ ਕਰ ਦੂੰਗਾ। ਆਪਣੀ ਉਹਨੇ ਮੁਲਾਜ਼ਮਾਂ ਨੂੰ ਵੀ ਇਹ ਗੱਲ ਕਹਿਤੀ ਵੀ ਜਾਓ ਆਪਣੇ ਮੁਲਾਜ਼ਮ ਲੈ ਕੇ ਆਓ, ਇਹਨਾਂ ਨੂੰ ਹਵਾਲਾ 'ਚ ਤੁੰਨੋ ਤੇ ਇਹਨਾਂ ਦੇ ਪਰਚਾ ਦਿਓ। ਇਹ ਮੇਰੇ ਅੱਗੇ ਮਤਲਬ ਉੱਚੀ ਬੋਲਦੇ ਆ। ਦੇਖੋ ਜੀ, ਅਸੀਂ ਯੂਨੀਅਨ ਦੇ ਖਾਸ ਨੁਮਾਇੰਦੇ ਆ, ਮੈਂ ਯੂਨੀਅਨ ਦਾ ਬਕਾਇਦਾ ਕੈਸ਼ੀਅਰ ਆ, ਮੇਰੇ ਨਾਲ ਸੈਕਟਰੀ ਤੇ ਮੇਰੇ ਨਾਲ ਪ੍ਰਧਾਨ ਗਿਆ ਸੀਗਾ। ਸਾਨੂੰ ਇਹਨਾਂ ਨੇ ਧੱਕੇ ਮਾਰ ਕੇ ਉੱਥੋਂ ਬਾਹਰ ਕੱਢਿਆ ਗਿਆ। ਉਲਟਾ ਅਸੀਂ ਇਹ ਗੱਲ ਕਹੀ ਆ ਵੀ ਅਸੀਂ ਮਤਲਬ ਜੇ ਤੂੰ ਸਾਡੀ ਮਤਲਬ ਸਾਡਾ ਪਰਚਾ ਨਹੀਂ ਕਰਦਾ, ਸਾਡੀ ਵਰਕਰਾਂ ਦੇ ਵਿੱਚ ਇਹ ਚੀਜ਼ ਦਾ ਰੋਸ ਆ, ਅਸੀਂ ਮਤਲਬ ਚੌਂਕ ਬੰਦ ਕਰਾਂਗੇ। ਸਾਨੂੰ ਕਹਿੰਦੇ ਜੋ ਕੁਛ ਕਰਨਾ ਕਰ ਲਓ, ਮੈਂ ਪਰਚਾ ਨਹੀਂ ਕਰਦਾ ਜੀ। ਉਲਟਾ ਸਾਨੂੰ ਉੱਥੇ ਮਾੜੇ ਸ਼ਬਦ ਸਾਨੂੰ ਬੋਲੇ, ਉਹਨਾਂ ਦੇ ਮੁਲਾਜ਼ਮ ਵੀ ਸੀ ਨਾਲ, ਉਹਨਾਂ ਮੁਲਾਜ਼ਮਾਂ ਨੂੰ ਕਿਹਾ ਵੀ ਇਹਨਾਂ ਨੂੰ ਫੜੋ ਤੇ ਹਵਾਲਾ ਜੇ ਤੁਨੋ, ਬਸ ਆਹੀ ਗੱਲਬਾਤ ਹੋਈ ਆ। ਉਲਟਾ ਆ ਕੇ ਜੀ ਇਹ ਰੋਸ ਦੇ ਵਜੋਂ ਅਸੀਂ ਆ ਕੇ ਚੌਂਕ ਬੰਦ ਕਰਤਾ ਜੀ। ਹੁਣ ਕੀ ਭਰੋਸਾ ਦਿੱਤਾ ਗਿਆ? ਹੁਣ ਸਾਡੇ ਨਾਲ SHO ਸਾਹਿਬ ਆਏ ਸੀਗੇ ਜੀ, ਹਾਂ ਮਨੋਜ ਕੁਮਾਰ ਜੀ। ਇਹਨਾਂ ਨੇ ਭਰੋਸਾ ਦਿੱਤਾ ਵੀ ਜੋ ਵੀ ਮੁਲਾਜ਼ਮ ਤੇ ਬਣਦੀ ਕਾਰਵਾਈ ਅਸੀਂ ਕਰਾਂਗੇ ਤੇ ਜਿਹੜੇ ਉਹ ਦੋਸ਼ੀ ਸੀਗੇ, ਜਿਹੜੇ ਚਾਰ ਮੁੰਡੇ ਸੀ ਜਿਨ੍ਹਾਂ ਨੇ ਸਾਡੇ ਡਰਾਈਵਰ ਕਨੈਕਟਰ ਨਾਲ ਕੁੱਟਮਾਰ ਕੀਤੀ ਆ, ਅਸੀਂ ਉਹਨਾਂ ਦੇ ਵੀ ਜੋ ਬਣਦੀ ਕਾਰਵਾਈ ਕਰਾਂਗੇ ਜੀ। ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸ ਰਹੇ ਹਾਂ ਵੀ ਜੇ ਇਹਨਾਂ ਨੇ ਆਪਣੇ ਮੁਲਾਜ਼ਮ ਤੇ ਕੋਈ ਕਾਰਵਾਈ ਨਾ ਕੀਤੀ, ਅਸੀਂ ਫਿਰ ਧਰਨਾ ਲਾਵਾਂਗੇ ਜੀ। ਕਿਉਂਕਿ ਉਹਨੇ ਸਾਡੀ ਬੇਇੱਜ਼ਤੀ ਬਹੁਤ ਕੀਤੀ ਆ ਜੀ। ਇੱਕ ਪੁਲਿਸ ਦਾ ਕੰਮ ਹੁੰਦਾ ਵੀ ਮਤਲਬ ਕਿਸੇ ਵੀ ਮਾਮਲੇ ਨੂੰ ਹੈਂਡਲ ਕਰਨਾ, ਉਹਦਾ ਨਿਪਟਾਰਾ ਕਰਨਾ, ਉਲਟਾ ਇਹਨਾਂ ਨੇ ਆਪ ਕੰਮ ਵਧਾਇਆ ਜੀ। ਇੱਦਾਂ ਜੀ ਕਿ ਪਰਸੋਂ ਨਾ ਜੀ ਬਾਣਾ ਦਰਾਕਾ ਜਿਹੜਾ ਆਪਣਾ ਪਿੰਡ ਹੈਗਾ, ਉੱਥੇ PRTC ਦੀ ਜਿਹੜੀ ਬੱਸ ਹੈਗੀ ਹੈ ਉਹਦੇ ਨਾਲ ਜਿਹੜੇ ਕੋਈ ਉੱਥੇ ਦੇ ਬੱਸ ਦੇ ਯਾਤਰੀ ਸੀ ਜਾਂ ਨਿਵਾਸੀ ਸੀ, ਉਹਨਾਂ ਨੇ ਕੋਈ ਬਦਸਲੂਕੀ ਕੀਤੀ ਸੀ, ਜਿਸ ਦੇ ਚੱਲਦੇ ਉਹਨਾਂ ਨੇ ਰਿਪੋਰਟ ਆਪਣੇ ਸਦਰ ਕੋਟਕਪੂਰੇ ਥਾਣੇ ਦਿੱਤੀ ਸੀ। ਅੱਜ ਨੂੰ ਜਿਨ੍ਹਾਂ ਨੇ ਰਿਪੋਰਟ ਦਿੱਤੀ ਸਦਰ ਥਾਣੇ ਆਏ ਆ ਅਤੇ ਉੱਥੇ ਕੁਝ ਬਹਿਸ ਬਸਈਆ ਹੋ ਗਿਆ, ਉਹਨਾਂ ਨੂੰ ਲੱਗਾ ਕਿ ਜਿੱਦਾਂ ਗਲਤ ਫਹਿਮੀ ਟਾਈਪ ਹੋ ਗਈ ਕਿ SHO ਨੇ ਸਾਡੇ ਨਾਲ ਮਾੜਾ ਸਲੂਕ ਕੀਤਾ ਹੈਗਾ, ਜਿਸ ਦੇ ਚੱਲਦੇ ਉਹਨਾਂ ਨੇ ਫਿਰ ਧਰਨਾ ਲਾ ਲਿਆ ਸੀ। ਬਟ ਉਹਨੂੰ ਜਦੋਂ ਇਹ ਸਮਝਾਇਆ ਹੈਗਾ ਅਤੇ ਉਹਨਾਂ ਨੇ ਉਹ ਧਰਨਾ ਆਪਣਾ ਲਿਫਟ ਅਪ ਕਰ ਲਿਆ ਅਤੇ ਅਸੀਂ ਉਹਨਾਂ ਦੀ ਦਰਖਾਸਤ 'ਤੇ ਕਾਰਵਾਈ ਵੀ ਕਰਨ ਲੱਗੇ।